अस्सलाम वालेकुम बुजुर्गो। वालेकुम सलाम जी। अपना नाम की है जी? मामा शरीफ। ते अपने वाले साहब दा की नाम? सुबे खान। सुबे खान। ते इस वक्त तुसी केड़ी जगह ते रहंदे हो? 304। 304। इनू केड़ी तहसील लगदी है? तहसील टोबा। तहसील टोबा, जिला ही टोबा? जिला भी टोबा। ठीक है। तो उत्थे पिछे अपना पिंड केड़ा सीगा? सगना सलार पर। हाँ जी, पिछे सगना सलार पर। ओदे कोई दो चार होर पिंडां दे नाल लवो जिहड़े आंढ गुआंढ होर होण। अगले पासे नाल सिखां दी ठौली सी, दूसरे पासे हरदासपुर सीगा, दूसरे पासे सीगा राहपुर, ये अगले पासे सीगा दादूवाल, राजपूतां दा पिंड। अच्छा। ते इधरले पासे दरवेश पिंड सीगा, ते उहदे बाद ना जे अगे उत्थे जा के सुनड़ा सीगा, ते साढ़े दो पिंड सी दौलतपुर ते सलारपुर। अच्छा। ते तुहाडे पिंड नूं तहसील कड़ी लगदी सीगी? तहसील कड़ी सी तुहाडी? जलंधर। जिला? जिला भी जलंधर। अच्छा। डाकखाना फगवाड़ा। फगवाड़ा। अच्छा। तुहाडे पिंड दे विच थाणा सीगा? थाणा, पुलिस स्टेशन, चौकी? चौकी नहीं, चौकी कोई चौकी चौकी कोई नहीं सी, जलंधर थाना, थाणा था जलंधर सीगा। अच्छा। ते फगवाड़ा जिहड़ा सीगा, इह फगवाड़ा जिहड़ा सी ना उह शहर सीगा, ते उत्थे डाकखाना सी। अच्छा। कोई रेलवे स्टेशन भी लगता सीगा? हाँ जी, रेलवे स्टेशन भी सीगा। स्टेशन सानूं लगदा सीगा, फुवाड़ा भी लगदा सीगा, ते दो लगदे सी, इक चेहड़ू सीगा। कड़ा चेहड़ू। चेहड़ू। अच्छा। ते जिहड़ा तुहाडा पिंड वा जी, उहदे विच कीहड़ी कीहड़ी कौमां आबाद सीगियां? असीं राजपूत सीगे, बाकी कमी सीगे उह कूड़े चाड़े, ते चुम्यार सीगे बस, होर बाकी राजपूतां दा सौकर सीगा। राजपूतां दी कीहड़ी गोत सीगी उत्थे रहिंदी? ਕਿਹੜੀ ਲਾ ਰਾਜਪੂਤ? ਮੰਝ ਰਾਜਪੂਤ। ਅੱਛਾ, ਮੰਝ ਰਾਜਪੂਤ। ਅਤੇ ਪਿੰਡ ਬੈਰ ਸੀ? ਹਾਂ, ਮੰਝ ਬੈਰ ਸੀ, ਮੰਝ ਵੀ ਦੋ ਆ। ਅੱਛਾ। ਅਤੇ ਉਹ ਮੰਝ ਜਿਹੜੇ ਉੱਥੇ ਆਬਾਦ ਰਹਿੰਦੀ ਕੌਮ ਰਹਿੰਦੀ ਸੀਗੀ, ਇਹਨਾਂ ਦਾ ਜ਼ਿਆਦਾਤਰ ਕਾਰੋਬਾਰ ਕੀ ਸੀਗਾ, ਕੀ ਕੰਮ ਕਰਦੇ ਸੀਗੇ? ਅਸੀਂ ਹਾਂ ਜ਼ਿਮੀਂਦਾਰ। ਆਪਣੀ ਜ਼ਮੀਨ ਸੀਗੀ ਜਾਂ ਕਿਸੇ ਦੀ? ਜ਼ਮੀਨ ਸਾਡੀ। ਕਿੰਨੀ ਕੁ ਸੀਗੀ ਜ਼ਮੀਨ ਤੁਹਾਡੀ? ਜ਼ਮੀਨ ਸਾਡੇ ਸੀਗੇ ਬੁੜਿਆਂ ਦੇ ਦੋ ਮਰੱਬੇ। ਅੱਛਾ। ਬੁੜੇ ਤੁਹਾਡੇ ਬੁੜਿਆਂ 'ਚ ਕਿੰਨੇ ਸੀ? ਬੁੜਿਆਂ 'ਚ ਕੀ ਸ਼ਾਮਿਲ, ਕਿਹਨੂੰ ਕਿਹਨੂੰ ਤੁਸੀਂ ਸ਼ਾਮਿਲ ਕਰਦੇ ਹੋ ਆਪਣੇ ਬੁੜਿਆਂ ਦੇ ਵਿੱਚ? ਹੈਜੀ, ਆਪਣੇ ਬੁੜਿਆਂ 'ਚ ਕਿਹਨੂੰ ਕਿਹਨੂੰ ਸ਼ਾਮਿਲ ਕਰਦੇ ਹੋ? ਦਾਦੇ ਨੂੰ? ਦਾਦੇ ਨੂੰ ਸ਼ਾਮਿਲ ਕਰ ਲੈ, ਬਾਪਾਂ ਦੇ ਨਾਲ। ਬਾਬਾ ਝੰਡੂ ਖਾਂ? ਨਹੀਂ, ਤੁਹਾਡਾ ਜਿਹੜਾ ਘਰ ਸੀਗਾ ਉੱਥੇ ਹਿੰਦੁਸਤਾਨ ਦੇ ਵਿੱਚ? ਘਰ ਸੀ ਤੁਹਾਡੇ ਹਿੰਦੁਸਤਾਨ ਦੇ ਵਿੱਚ? ਉੱਥੇ ਕਿਹੜੇ ਕਿਹੜੇ ਬੁੜੇ ਰਹਿੰਦੇ ਸੀਗੇ ਤੁਹਾਡੇ? ਤੁਹਾਡਾ ਘਰ ਕੱਚਾ ਸੀਗਾ? ਪੱਕਾ ਸੀਗਾ? ਪੱਕਾ ਨਹੀਂ, ਕੱਚਾ। ਕਿੰਨੇ ਕੋਠੇ ਸੀਗੇ ਉਹਦੇ? ਉਹਦੇ ਇੱਕ ਦਲਾਨ ਸੀ ਤੇ ਦੋ ਕੋਠੜੀਆਂ ਸੀ ਪਿੱਛੇ। ਅੱਛਾ। ਉਹਦੇ ਹੀ ਕੌਣ ਕੌਣ ਰਹਿੰਦਾ ਸੀਗਾ? ਅਸੀਂ ਰਹਿੰਦੇ ਸੀ ਸੂਬੇ ਖਾਨ ਜਦ ਕਾਲੂ ਖਾਨ। ਅੱਛਾ। ਬਾਹਰ ਖਾ ਰਹਿੰਦੇ ਸੀਗੇ ਬਾਹਰ, ਦੂਸਰੇ ਪਾਸੇ ਆਪਦਾ ਹਾਜੀ ਵੀ ਬਾਹਰ ਸੀਗੇ। ਹਾਂ, ਪਿੰਡੋਂ ਬਾਹਰਲੇ ਪਾਸੇ ਮਕਾਨ ਬਣਾਏ ਸੀ ਨਵੇਂ। ਅੱਛਾ। ਉਹਨਾਂ 'ਚ ਉਹ ਕੱਚੇ ਸੀਗੇ? ਪੱਕੇ ਜਿਹੜੇ ਨਵੇਂ? ਪੱਕੇ ਸੀ। ਠੀਕ ਆ। ਅਤੇ ਪਿੰਡ ਦੇ ਵਿੱਚ ਕੋਈ ਸਕੂਲ ਸੀਗਾ? ਪਿੰਡ 'ਚ ਕੌਣ ਸੀ? ਸਕੂਲ, ਸਕੂਲ ਸੀਗਾ ਚੌਥੀ ਤਾਈ ਗੱਬੇ ਪਿੰਡ ਦੇ ਲੰਬੜਦਾਰ ਦੀ ਹਵੇਲੀ 'ਚ। ਅੱਛਾ। ਸਾਡੇ ਬਾਰੇ ਪਿੰਡਾਂ 'ਚ ਸਾਡੇ ਸੀਗਾ ਸਕੂਲ ਚੌਥੀ 'ਚ। ਅਤੇ ਤੁਹਾਡੇ ਪਿੰਡ ਦੇ ਨੰਬਰਦਾਰ ਦਾ ਨਾਂ ਕੀ ਸੀਗਾ? ਹਸਨ ਬਾਈ। ਤੁਹਾਡੀ ਬਰਾਦਰੀ ਦਾ ਸੀਗਾ? ਬਰਾਦਰੀ ਹੈ, 12 ਤੱਕ ਜੀ ਬੈਠੀ। ਅਤੇ ਕਿੰਨੇ ਕੁ ਨੰਬਰਦਾਰ ਸੀਗੇ ਤੁਹਾਡੇ? ਦੋ। ਅੱਛਾ। ਅਤੇ ਪਿੰਡ ਦੀ ਆਬਾਦੀ ਕਿੰਨੀ ਕੁ ਹੋਊਗੀ? ਪਿੰਡ ਦੀ ਆਬਾਦੀ ਕਿੰਨੀ ਕੁ ਸੀਗੀ ਤੁਹਾਡੇ ਕੋਲ? ਆਬਾਦੀ 100 ਘਰ ਸੀ ਰਾਜਪੂਤਾਂ ਦਾ, ਅਤੇ ਬਾਕੀ ਕਮੀਆਂ ਦੇ ਸੀਗੇ, ਹੁਣ ਕਮੀਆਂ ਦੇ ਤਾਂ 20 ਘਰ ਸੀਗੇ ਚੀਰਾਂ ਦੇ, ਅਤੇ ਬਾਕੀ ਚੂੜੇ ਚਾੜੇ ਜਿਹੜੇ ਸੀਗੇ ਉਹਨਾਂ ਦਾ ਤਾਂ ਹੁਣ ਉਹ ਚੁਮਿਆਰ ਸੀਗੇ, ਉਹਨਾਂ 'ਚ ਤਾਂ ਹੁਣ ਗਿਣਤੀ ਸਾਡੇ ਹਿਸਾਬ ਦੇ ਵਿੱਚ ਨਹੀਂ ਹੁੰਦੀ, ਲੱਭੀ ਵੀ ਨਹੀਂ ਸੀਗੇ, ਅਤੇ 100 ਘਰ ਤਾਂ ਸਾਡੇ ਰਾਜਪੂਤਾਂ ਦਾ ਸੀ। ਅਤੇ ਪਿੰਡ ਦੇ ਵਿੱਚ ਜਿਹੜੀ ਫਸਲਾਂ ਨੂੰ ਪਾਣੀ ਕਾਹਦੇ ਨਾਲ ਲਾਉਂਦੇ ਸੀਗੇ? ਪਾਣੀ ਸਾਡੇ ਦੋਨੇ ਪਾਸੇ ਚੌਹੇ ਪਾਸੇ ਖੂਹ ਸੀਗੇ ਪੁਰਾਣੇ, ਕਿਤੇ ਸਲਾਟ ਪਰ ਜਦ ਕਿਤੇ ਸ਼ਹਿਰ ਹੋ ਚੁੱਕਾ ਸੀ, ਉਹ ਪੁਰਾਣੇ ਲੱਗੇ ਹੋਏ ਸੀ ਖੂਹ। ਖੂਹ ਦੀਆਂ ਟਿੰਡਾਂ ਜਿਹੜੀਆਂ ਸੀਗੀਆਂ ਉਹ ਕੱਚੀਆਂ ਸੀ ਪੱਕੀਆਂ ਸੀ? 7 ਬੀਹਾਂ ਚੰਡ ਚੱਲਦੀ ਸੀ, ਪੱਕੀਆਂ ਟਿੰਡਾਂ। ਪੱਕੀਆਂ ਟਿੰਡਾਂ ਚੱਲਦੀਆਂ ਸੀ 7 ਬੀਹਾਂ। ਅਤੇ ਉਹਦੇ 'ਚ ਕਿੰਨੇ ਕੁ ਪਾਣੀ ਆ ਜਾਂਦਾ ਹੋਊਗਾ ਇੱਕ ਟਿੰਡ ਦੇ ਵਿੱਚ? ਪਾਣੀ? ਹਾਂ, ਪਾਣੀ ਇਹ 30-35 ਫੁੱਟ 'ਤੇ ਸੀਗਾ। ਨਹੀਂ, ਉਹਦਾ ਜਿਹੜਾ ਟਿੰਡ ਦੇ ਵਿੱਚ ਪਾਣੀ ਕਿੰਨਾ ਕੁ ਆ ਜਾਂਦਾ ਸੀਗਾ ਜਿਹੜੀ ਪੱਕੀ ਟਿੰਡ? 5 ਕੁ ਸੇਰ ਇੱਕ ਟਿੰਡ 'ਚ ਪੈਂਦਾ ਸੀ। ਅੱਛਾ, 5-6 ਸੇਰ ਟਿੰਡ ਦੇ ਵਿੱਚ ਪਾਣੀ ਪੈਂਦਾ। ਅੱਛਾ। ਪੱਕੀਆਂ ਟਿੰਡਾਂ ਲੋਹੇ ਦੀਆਂ। ਹਾਂ ਹਾਂ। ਤੁਹਾਡੇ ਜ਼ਿੰਦਗੀ ਦੇ ਵਿੱਚ ਕਦੀ ਤੁਸੀਂ ਦੇਖਿਆ ਖੂਹ ਖੱਟਦੇ ਨੂੰ? ਹਾਂਜੀ, ਤੁਹਾਡੀ ਜ਼ਿੰਦਗੀ 'ਚ ਉੱਥੇ ਕਿਸੇ ਨੇ ਖੂਹ ਖੱਟਿਆ? ਖੱਟਿਆ ਸੀ ਇੱਕ। ਉਹ ਜ਼ਰਾ ਉਹਦੀ ਕਹਾਣੀ ਦੱਸੋ, ਕਿੱਦਾਂ ਖੱਟਦੇ ਸੀ ਖੂਹ? ਉਹ ਪਹਿਲਾਂ ਪਹਿਲਾਂ ਪਾੜ ਪੱਟ ਲਈ ਦਾ ਸੀਗਾ।
पाट पट के फिर नाली बनानी, नाली बना के थले उन्हें गांड पाना लकड़ी का पाक ओ फिर सारी करनी नाली की, नाली कर दी फिर उन्हें पुट्ठा खूह लाते थले बाद दस फुट जाए थले पानी जिन्ना भी जाए जाए वह इदा कर नहीं तो वो पानी दा की पता लगता है पानी इस इलाके इस जगह ते मिठा होगा या कौड़ा होगा या ये पूरे इलाके दा मिठा पानी सारा मिठा पानी अच्छा कौड़ा ते किला भी हां ते पिंड दे विच कोई दरबार दरबूर सीगा की सीगा दरबार कोई दरगाह सीगी दरबार सीगा बाबा मौली शाह दा बाबे मौली शाह दा मौली शाह दा साडे घर दे कोल ही सीगा अच्छा ਉੱਥੇ ਮੇਲਾ ਲੱਗਦਾ ਸੀਗਾ ਮੇਲਾ ਮੇਲਾ ਲੱਗਦਾ ਸੀਗਾ ਸਿਆਲ ਨੂੰ ਕਿਹੜੀ ਤਰੀਕ ਨੂੰ ਇਹ ਤਰੀਕ ਦਾ ਨਹੀਂ ਹੁਣ ਮੈਨੂੰ ਪਹਿਲਾਂ ਕੋਈ ਮੌਸਮ ਦਾ ਮੇਲਾ ਲੱਗਦਾ ਸੀਗਾ ਤਾਂ ਉਹ ਆਦਮੀ ਪਕਾਉਂਦੇ ਹੁੰਦੇ ਸੀਗੇ ਆਪ ਰਲਾ ਕੇ ਗੋਭੀ ਗਾਭੀ ਹਰ ਸ਼ਾਇ ਫਿਰ ਉਹ ਤਾਂ ਨਾਨ ਲੱਗਦੇ ਉਹਦੇ ਬੱਕਰੇ ਵੀ ਵਿੱਚੇ ਪਾ ਲੈਣੇ ਹਰ ਸ਼ਾਇ ਵਿੱਚ ਪਾ ਕੇ ਤਾਂ ਉਹ ਰਾਜਪੂਤ ਹੀ ਸੀਗਾ ਵੀ ਬਾਬਾ ਮੌਲੀ ਸ਼ਾਹ ਰਾਜਪੂਤ ਸੀ ਜ਼ਮੀਨ ਉਹਨੇ ਚਕੜੀ ਸੀ 13 ਚੱਕੀ ਵਿੱਚ ਅੱਛਾ ਜਦੋਂ ਇਹ ਉਜਾੜਿਆਂ ਦੀ ਤੁਹਾਡੇ ਪਿੰਡ 'ਚ ਖਬਰ ਆਈ ਤੁਹਾਡੇ ਬਜ਼ੁਰਗ ਕੀ ਕਹਿੰਦੇ ਸੀਗੇ ਬਜ਼ੁਰਗ ਇਹਨਾਂ ਨੇ ਕੋਈ ਨਹੀਂ ਸੀ ਸਾਰੇ ਕੁਮਾਰ ਜੋ ਵੀ ਸੀਗੇ ਮੇਰਾ ਤਾਇਆ ਸੀਗਾ ਬਾਕੀ ਜਿਹੜੇ ਸੀ ਤਿੰਨੇ ਬਜ਼ੁਰਗ ਮੇਰਾ ਬਾਪ ਵੀ ਅਤੇ ਦੂਜਾ ਚਾਚਾ ਵੀ ਤਾਇਆ ਜਿਹੜਾ ਬੜਾ ਸੀ ਆਵਾਜ਼ ਖਾਂ ਉਹ ਵੀ ਕੋਠੇ ਚਲੇ ਗਏ ਸੀ ਪਹਿਲੇ ਅੱਛਾ ਗਏ ਸੀ ਕੋਠੇ ਇਹ ਸੀਗਾ ਸਾਡਾ ਤਾਇਆ ਜਿਹੜਾ ਸੀ ਸਾਡਾ ਕਾਲੂ ਖਾਂ ਉਹ ਸੀਗਾ ਉਦੋਂ ਬਾਅਦ ਫਿਰ ਅਸੀਂ ਦਰਬਾਰ 'ਚ ਗਏ ਹਾਂ ਦਰਬਾਰ ਇੱਕ ਬਾਹਰ ਸੀ ਖਾਨਗਾਹ ਦੇ ਵਿੱਚ ਉਹਦਾ ਨਾਂ ਸੀ ਬਾਬਾ ਮੀਆਂ ਨੂਰ ਸ਼ਾਹ ਸਰਕਾਰ ਉੱਥੇ ਜਾ ਕੇ ਦੁਆ ਖੈਰ ਰੱਖੀ ਅਤੇ ਬਾਕੀ ਦੋਵੇਂ ਪਿੰਡ ਜਿਹੜੇ ਸੀ ਕੁਮਾਰ ਦਖਮੰਦ ਜੀ ਲੋਕ ਗਏ ਜਿਸ ਵੇਲੇ ਫਿਰ ਅਸੀਂ ਉੱਥੇ ਜਾ ਦੁਆ ਕਰੀ ਤਾਂ ਫਿਰ ਉੱਥੇ ਛਾਉਣੀਆਂ ਕੁਦਰਤ ਵਾਲੇ ਨੇ ਉਦੋਂ ਜਸਾ ਚੜ੍ਹ ਗਿਆ ਅਸਰ ਵੇਲੇ ਤਾਂ 100 ਆਦਮੀ ਘੋੜਾ ਚੜ੍ਹਿਆ ਸੀ 100 ਘੋੜਾ ਸਾਡੇ ਦਰਬਾਰ 'ਚ ਮਗਰ ਆ ਕੇ ਖੜ੍ਹਾ ਗਿਆ ਜਿਸ ਵੇਲੇ ਮਗਰ ਖੜ੍ਹਾ ਗਿਆ ਤਾਂ ਫਿਰ ਉਹਨਾਂ ਨੇ ਕਿਹਾ ਵੀ ਇੱਦਾਂ ਦਾ ਕਰਕੇ ਵੀ ਅਸੀਂ ਵਾਪਸ ਚਲੇ ਜਾਂਦੇ ਸਾਨੂੰ ਪਤਾ ਲੱਗਿਆ ਸੀਗਾ ਵੀ ਇਹ ਇੱਥੋਂ ਇਹਦਾ ਬਾਪ ਗਿਆ ਸੀ ਲਤੀਫ ਦਾ ਤਾਂ ਉਹਨੇ ਜਾ ਕੇ ਕਿਹਾ ਵੀ ਸਾਡਾ ਪਿੰਡ ਜਿਹੜਾ ਸੀ ਲੂਹ ਦਿੱਤਾ ਜੇ ਕੀਤਾ ਉਹ ਕੀਤਾ ਉਹਨਾਂ ਨੇ ਉਹ ਫੌਜੀ ਸੀਗਾ ਉਹਦੇ ਬਾਅਦ ਉਹਨਾਂ ਨੇ 100 ਕੂੜਾ ਭੇਜਿਆ 100 ਕੂੜਾ ਜਿਸ ਵੇਲੇ ਗਿਆ ਤਾਂ ਜੀ ਉਹਨਾਂ ਦਾ ਜਸਾ ਸੀ ਸਾਡੇ ਜਸਾ ਨਹੀਂ ਪਿਆ ਸਾਡੇ 'ਚ ਕੋਈ ਹਮਲਾ ਨਹੀਂ ਹੋਇਆ ਹੈ ਉਹਦੇ ਬਾਅਦ ਨਾਲ ਦੇ ਪਿੰਡ ਹਮਲਾ ਹੋ ਗਿਆ ਸੀ ਅਸਰ ਵੇਲੇ ਉਹ ਸਾਡੇ ਪਿੰਡ ਨੂੰ ਦੌੜੇ ਆਉਂਦੇ ਸੀਗੇ ਫਿਰ ਉਹਨੇ ਮਿਲਟਰੀ ਜਾਣ ਲੈ ਕੇ ਉਸ ਪਿੰਡ 'ਚ ਸਾਨੂੰ ਲੈ ਕੇ ਰਾਤ ਨੂੰ ਰਾਤ ਅਸੀਂ ਉੱਥੇ ਘੜੀ ਸਵੇਰੇ ਸੱਜੀ ਆ ਕੇ 90 ਮਾਰੇ ਜਿਹੜੇ ਪਿੰਡ 'ਚ ਲੂਠੀ ਕਰ ਰਹੇ ਸੀ ਉਹਦੇ 90 ਬੰਦੇ ਮਾਰੇ ਉਹਨਾਂ ਦੇ ਸਿੱਖਾਂ ਦੇ ਮਿਲਟਰੀ ਵਾਲਿਆਂ ਨੇ ਕੋਈ ਨਹੀਂ ਮਾਰਿਆ ਕਿ ਨਹੀਂ ਮਾਰਿਆ ਆਪੇ ਹੀ ਅਸੀਂ ਮਾਰੇ ਅੱਛਾ ਲੂਠੀ ਕਰਦੇ ਉਹਨਾਂ ਨੇ ਉਹਨਾਂ ਦੇ ਸਹਾਰੇ ਨਾਲ ਮਿਲਟਰੀ ਵਾਲਿਆਂ ਦੇ ਸਹਾਰੇ ਨਾਲ ਫਿਰ ਜਾਂਦੇ ਸੀ ਮੁੰਡੇ ਜਿਹੜਾ ਕਾਬੂ ਆਉਂਦੇ ਸੀ ਘਰਾਂ ਦੇ ਵਿੱਚ ਬੜੇ ਹੱਬੜ ਚੱਲ ਮਾਰੀ ਜਾਂਦੇ ਇਹ ਵੀ ਬੰਦੇ ਮਾਰ ਹੋਰ ਪੁੱਛੋ ਨਹੀਂ ਤਾਂ ਉਹ ਫਿਰ ਤੁਸੀਂ ਉੱਥੋਂ ਪਿੰਡ ਤਾਂ ਤੁਸੀਂ ਆਪਣਾ ਛੱਡਿਆ ਹੈ ਨਾ ਜੀ ਆਪਣਾ ਪਿੰਡ ਛੱਡ ਕੇ ਤੁਸੀਂ ਗਿਆ ਨਾ ਪਿੰਡ ਚਲੇ ਗਏ ਸੀ ਰਾਤ ਨੂੰ ਸਵੇਰ ਨੂੰ ਫਿਰ ਮਿਲਟਰੀ ਵਾਲੇ ਫੇਰ ਆਏ ਫਿਰ ਵਾਪਸ ਪਿੰਡ ਲੈ ਆਏ ਆਪਣੇ ਵਾਪਸ ਆਏ 6 ਦਿਨ ਅਸੀਂ ਫੇਰ ਰਹੇ 6 ਦਿਨ ਰਹੇ ਤੇ 6 ਦਿਨ ਤੋਂ ਬਾਅਦ ਫਿਰ ਉਹਨਾਂ ਦੱਸ ਦਿੱਤਾ ਵੀ ਤੁਹਾਡੇ ਡੋਗਰਾ ਮਿਲਟਰੀ ਆਉਣੀ ਆ ਤੇ ਤੁਸੀਂ ਹੁਣ ਨਾ ਚਲੇ ਜਾਓ ਇੱਥੋਂ ਤੇ ਤੁਸੀਂ ਨਾ ਜਾਂਦੇ ਹੋ ਕਾਫਲਾ ਜਾਣਾ ਤਾਂ ਉੱਥੇ ਚੱਲ ਅੱਛਾ ਫਿਰ ਆ ਗਿਆ ਅੱਗੇ ਮੁੜੇ ਆਉਂਦਾ ਸੀ ਦਾਦੂ ਅੱਗੇ ਮੁੜੇ ਬੀਂ ਨਹੀਂ ਸੀ ਬੀਂ ਚੁੱਕਿਆ ਆ ਕੇ ਫਿਰ ਅਸੀਂ ਨਾ ਸੋਖੀ ਪਿੰਡ ਆਇਆ ਸੋਖੀ ਪਿੰਡ ਤੋਂ ਜੀ ਆਜਾ ਕਿਹੜਾ ਸੀ ਜਿੱਥੇ ਜਾ ਸੀਗਾ ਤਾਂ ਅਜਾ ਨਹੀਂ ਸੀ ਆਪਣਾ ਉਹਦੇ ਉਸ ਪਿੰਡ ਚਲੇ ਗਿਆ ਉੱਥੋਂ ਛਾਉਣੀਆਂ ਛਾਉਣੀਆਂ ਕਾਫਲਾ ਚੱਲ ਪਿਆ ਅਤੇ ਗਏ ਫਿਰ ਜੰਦਰਾ ਜੰਦਰੀ ਛਾਉਣੀ ਤੋਂ ਉਹ ਫਿਰ ਬਣ ਕੇ ਚੱਲ ਪਿਆ ਅਤੇ ਫਿਰ ਕਾਫਲੇ ਨਾ ਛਾਉਣੀ ਜਿਸ ਵੇਲੇ ਅੰਬਰਸਰ ਤਾਂ ਉਦੋਂ ਅਸੀਂ ਗੱਡੀ 'ਤੇ ਸੀ ਦੋ ਭਰਾ ਉਹਦੇ ਬਾਅਦ ਫਿਰ ਉੱਥੇ ਗੱਡੀ ਡੱਕ ਕੇ ਉਹਨਾਂ ਨੇ ਸਾਰੀ ਜਿੰਨੀ ਸੀ ਛਾਉਣੀ ਕਰਤੀ ਮਾਰਤੀ ਅਤੇ ਉਹਦੇ ਬਾਅਦ ਅਸੀਂ ਫਿਰ ਉੱਥੇ ਕੁਝ ਤਾਲ ਬਚਾਉਣੇ ਸੀ ਉਹ ਮਰ ਮੁਰ ਵੀ ਗਿਆ ਤਾਂ ਮੁੰਡਾ ਵੀ ਮਰ ਗਿਆ ਮੈਂ ਰਹਿ ਗਿਆ ਇਹ ਗੱਡੀ 'ਤੇ ਕਿੱਥੇ ਕਰਕੇ ਹਮਲਾ ਹੋਇਆ ਸੀਗਾ ਤੁਹਾਡੀ ਹਾਂਜੀ ਕਿਹੜੀ ਜਗ੍ਹਾ 'ਤੇ ਕਰਕੇ ਗੱਡੀ 'ਤੇ ਹਮਲਾ ਹੋਇਆ ਸੀ ਬਿਆਸਾ 'ਤੇ ਦਰਿਆ ਬਿਆਸਾ ਦਰਿਆ 'ਤੇ ਡੱਕੀ ਉਹਦੇ ਹੈਗਾ ਸੀ ਮਾਨਾ ਵਾਲਾ ਸਟੇਸ਼ਨ ਅੱਛਾ ਉੱਥੇ 7 ਦਿਨ ਫਿਰ ਇੰਜਣ ਲਾ ਕੇ ਲੈ ਗਿਆ 7 ਦਿਨ ਫਿਰ ਉੱਥੇ ਖੜੀ ਰਹੀ ਜਿਹੜੇ ਮਾਰ ਗਿਆ ਬਿਆਸਾ 'ਤੇ ਰਾਤ ਨੂੰ ਫਿਰ ਅਗਲੇ ਦਿਨ ਉੱਥੇ ਲੈ ਗਿਆ ਉੱਥੋਂ ਫਿਰ ਖੜੀ ਰਹੀ 7 ਦਿਨ ਉੱਥੇ ਫਿਰ ਅੰਮ੍ਰਿਤਸਰ ਆਈ ਤਾਂ ਫਿਰ ਬਰਾਬਰ ਗੱਡੀਆਂ 2 ਹੋ ਗਈਆਂ ਉਹਨਾਂ ਦੀ ਸਿੱਖਾਂ ਦੇ ਉੱਪਰ ਨੌ ਨਿਹਾਲ ਸਤਿ ਸ਼੍ਰੀ ਅਕਾਲ ਔਰ ਨਾਰੇ ਮਾਰਨ ਅਸੀਂ ਫਿਰ ਚੁੱਪ ਕਰ ਗਏ ਬਾਕੀ ਚੁੱਪ ਕੀਤੇ ਜਦ ਆਈ ਉਟਾਰੀ ਫਿਰ ਨਾਰੇ ਮਾਰਨ ਲੱਗੇ ਫਿਰ ਉਹਨੇ ਜਿਸ ਛੋਟੀ ਜਿਹੀ ਛੱਬੀ ਸੀ ਉਸ ਹੱਥ ਰੁਪਏ ਉੱਠਿਆ ਨਾ ਬੰਦਾ ਹੁਣ ਨਾਰਾ ਮਾਰਿਆ ਤਾਂ ਫਿਰ ਅਸੀਂ ਨਾੜੇ ਬਾਕੀ ਸਾਰੀ ਗੱਡੀ ਲਾਪੇ ਨਾੜੇ ਮਾਰੇ ਇਵੇਂ ਹੋਈ ਅੱਛਾ ਉੱਥੋਂ ਆਏ ਤਾਂ ਵੀਹ ਸਵੇਰੇ ਇੱਥੇ ਆਏ ਤਾਂ ਫਿਰ ਨਾ ਭਗਵਾਨ ਪੜੇ ਪਿੱਛੇ ਜਿਹਾ ਸੀਗਾ ਸਟੇਸ਼ਨ ਆਪਣਾ ਲਾਹੌਰ ਦਾ
ਉੱਥੇ ਫਿਰ ਉਹਨਾਂ ਨੇ ਰਾਤ ਨੂੰ ਗੱਡੀ ਰੱਖ ਦਿੱਤੀ, ਉਹਨਾਂ ਕਿਹਾ ਸਾਈਕਲ ਜਾਣੀ ਹੈ, ਤੂੰ ਬਾਲਟਨ ਕੈਂਪ ਦੇ ਵਿੱਚ ਪੈ ਗਈ ਬਿਮਾਰੀ। ਅਤੇ ਉਹਦੇ ਬਾਅਦ ਨਾ ਜੀ ਜਿਹੜਾ ਪਾਣੀ ਪੀਂਦਾ ਸੀ ਉਹ ਮਰੀ ਜਾਂਦਾ ਸੀ, ਧੁੱਪ ਰੋਟੀ ਤਾਂ ਖਾਧੀ ਨਹੀਂ ਸੀ। ਉਹਦੇ ਬਾਅਦ ਨਾ ਜੀ ਫਿਰ ਮਰੀ ਜਾਣ ਉਸ ਤੋਂ ਬਾਅਦ ਮੈਂ ਬਲਡੋਜ਼ਰ ਦੇ ਨਾਲ ਖਾਲੀ ਕੱਢ ਕੇ ਤਾਂ ਉੱਥੇ ਅਗਲੇ ਦੂਏ ਸਿੱਟ ਕੇ ਮਿੱਟੀ ਫੇਕ ਕਰਤੀ, ਉੱਥੇ ਸੱਤਾਂ ਵੀਹਾਂ 'ਤੇ ਉਹਦਾ ਲੱਖਾਂ ਦੇ ਹਿਸਾਬ ਨਾਲ ਬੰਦਾ ਦੱਬਿਆ ਗਿਆ ਬਾਲਟਨ ਕੈਂਪ 'ਚ। ਸਿਰਫ ਰਾਤ ਰਹੇ ਇੱਕ, ਅੱਛਾ ਇੱਕ ਰਾਤ। ਉਹਦੇ ਬਾਅਦ ਨਾ ਜੀ ਇਹ ਸ਼ੇਰੀਆ ਬਿਲਡਿੰਗ ਦੇ ਵਿੱਚ ਸੀਗੇ, ਤੇ ਮੈਂ ਤੇ ਮੇਰੇ ਭਰਾ ਦੋਏ ਜਾਣੇ ਅਸੀਂ ਸਾਜਕ ਉਹਦਾ ਨਾਂ ਸੀ, ਅਸੀਂ ਦੋਏ ਨਾ ਘੁੰਮਦੇ ਰਹੇ ਬਿਲਡਿੰਗ ਵਿੱਚ। ਹੁਣ ਪਰ ਸਾਡਾ ਨਾਂ ਲੱਗੇ ਤਾਂ ਕੁਰਾਨ ਜੀ ਬੰਦਾ ਸੀਵੇਂ ਮਨ ਪੁੱਛਿਆ, ਉਹਨੇ ਕਿਹਾ ਵੀ ਇਹ ਸਾਰੇ ਉਹ ਵੀ ਪੜ੍ਹਾਏ ਸੀ ਅਮਰਤਾਜ ਦਾ ਪਰ ਕਪਤਾਨ ਉਸ ਨੂੰ ਉਸ ਮੈਂ ਕਿਹਾ ਅੰਦਰ ਪਿਆ, ਅਸੀਂ ਅੰਦਰ ਜਿਸਲੇ ਗਏ ਮਿਲ ਗਏ, ਉਹ ਕਿਹਾ ਵੀ ਤੁਸੀਂ ਜਾਓ ਪਹਿਲਾਂ ਹਜਾਮ ਨਾ ਕਰਿਆ, ਕਿਉਂਕਿ ਸਾਡੇ ਕੋਲ ਪੈਸੇ ਹੈਗੇ ਅਸੀਂ ਆਪੇ ਕਰਾਵਾਂਗੇ। ਅੱਛਾ ਉਹ ਚਲ ਗਿਆ, ਉਹਨੇ ਜਾ ਕੇ ਤਾਂ ਫਿਰ ਜਿਹੜੇ ਸਾਡੇ ਬੁੜੇ ਸੀ ਨਾ ਉੱਥੋਂ ਬਾਲਟਨ ਕੈਂਪ ਦੇ ਵਿੱਚ ਬੁੜਾ ਤਾਂ ਕਾਲੂ ਅਤੇ ਫਿਰ ਨਿੱਕੇ ਨਿਆਣੇ ਜਿਹੜੀ ਪਹਿਲਾਂ ਆਏ ਸੀ ਗੱਡੀ 'ਚ ਲੈ ਕੇ, ਉਹ ਉਹਨਾਂ ਨੂੰ ਵੀ ਘਾਲ ਦਿੱਤਾ ਜੀ। ਅਸੀਂ ਫਿਰ ਉੱਥੇ ਆਸਟ੍ਰੇਲੀਆ ਬਿਲਡਿੰਗ 'ਚ ਮਹੀਨਾ ਇੱਕ ਰਹੇ, ਉੱਥੋਂ ਫਿਰ ਚਲੇ ਬੰਦ ਡੱਬੇ 'ਚ ਹੀ ਅੱਛੇ ਆ ਗਏ ਖਾਣੇ ਵਾਲੇ ਖਾਣੇ ਵਾਲਾ, ਫਿਰ ਗੱਡੀ ਦੇ ਉੱਤੇ ਫਿਰ ਅਸੀਂ ਟੋਭੇ ਆਏ ਸੀ ਸਾਰੀ ਗਏ ਗੱਡੀ ਵਾਲੇ ਟੋਭੇ ਆ ਗਿਆ, ਫਿਰ ਅਸੀਂ ਟੋਭੇ ਆ ਰਹੇ। ਅੱਛਾ ਟੋਭੇ ਫਿਰ ਪਰਚੀਆਂ ਨਹੀਂ ਪਈਆਂ ਜਾਂ ਤਿੰਨ ਸੌ ਇੱਕ ਦੀਆਂ, ਉਹਨਾਂ ਨੇ ਗਾਹਾਂ ਸਾਨੂੰ ਪਟਵਾਰੀ ਨੇ ਕਿਹਾ ਜਗ੍ਹਾ ਹੀ ਕੋਈ ਨਹੀਂ, ਫਿਰ 304 ਦੀਆਂ ਤਾਂ 303 ਦੀਆਂ 6 ਦੀਆਂ ਕਰ ਦਿੱਤੀਆਂ, ਅਤੇ 6 ਦੇ ਵੀ ਬੂਹੇ ਕੋਈ ਨਾ, ਤਾਂ 3 ਦੇ ਵੀ ਇੱਦਾਂ ਹੀ ਚੱਕ ਚੁੱਕ ਕਰ ਗਿਆ। ਇਹਦੇ ਵਿੱਚ ਸੀਗੇ ਇਹ 304 ਦੀਆਂ, ਮੈਂ ਤਾਂ ਮੇਰੀ ਮਾਈ ਤਾਂ ਨਾਨੀ ਮੇਰੀ ਅਸੀਂ ਪਹਿਲਾਂ ਇੱਕ ਦਿਨ ਅਸੀਂ ਪਹਿਲੇ ਆਏ ਤਾਂ ਬਾਕੀ ਦੇ ਨਹੀਂ ਸੀ, ਬਾਕੀ ਬਾਅਦ ਫਿਰ 2 ਦਿਨ ਕੋਈ 3 ਦਿਨ ਬਾਅਦ ਫਿਰ ਇਹ ਵੀ ਸਾਡੇ ਤਾਏ ਦੇ ਪੁੱਤ ਆਏ, ਬਾਕੀ ਹੋਰ ਕੋਈ। ਫਿਰ ਚਲੇ ਗਿਆ ਗਾਜ਼ੀਆਬਾਦ, ਉਹ ਗਾਜ਼ੀਆਬਾਦ ਗਿਆ ਤਾਂ ਫਿਰ ਉਹਨਾਂ ਨੇ ਉੱਥੋਂ ਫਿਰ ਸਾਲ ਰਹਿ ਕੇ ਉੱਥੇ ਮਰੀ ਪੈ ਗਈ, ਫਿਰ ਆ ਕੇ ਫਿਰ ਅਸੀਂ ਤੰਬੂ ਤੰਬੂ ਲਾ ਕੇ ਫਿਰ ਇੱਥੇ ਆ ਕੇ ਫਿਰ ਮਰਨ ਲੱਗ ਪਏ। ਫਿਰ ਬਹੁਤ ਮਰੇ ਬੰਦੇ ਸਾਡੇ ਬੰਦੇ ਆਪਣੇ ਪਿੰਡ ਦੇ, ਫਿਰ ਘੁੰਮਦੇ ਘੁੰਮਦੇ ਕੋਈ ਕਰਿਆ ਲਾ ਚਲੇ ਗਿਆ, ਕੋਈ ਕਿਧਰੇ ਕੋਈ ਕਿਧਰੇ, ਐਵੇਂ ਹੋਰ ਪੁੱਛੋ। ਅਤੇ ਉਸ ਵਕਤ ਜਦੋਂ ਇਹ ਉਜਾੜੇ ਪਏ ਸੀ, ਤੁਹਾਡੇ ਬਜ਼ੁਰਗ ਕੀ ਸੋਚਦੇ ਸੀ ਪਾਕਿਸਤਾਨ ਦੇ ਬਾਰੇ, ਬਣਨ ਦੇ ਬਾਰੇ? ਪਾਕਿਸਤਾਨ ਦੇ ਬਾਰੇ ਤਾਂ ਉਹਨਾਂ ਨੇ ਨਾਂ ਵੀ ਨਹੀਂ ਸੀ, ਉਹਨਾਂ ਨੂੰ ਪਤਾ ਵੀ ਨਹੀਂ ਸੀ ਪਾਕਿਸਤਾਨ ਦਾ ਬਣਨਾ ਕਿ ਬਜ਼ੁਰਗ ਦਾ ਕੋਟੀ ਫੇਰਦੇ ਸੀ। ਨਹੀਂ ਉਹ ਜਿਵੇਂ ਉਸ ਵੇਲੇ ਅਸੀਂ ਇਹ ਸੁਣਦੇ ਹਾਂ ਕਿ ਕੋਈ ਲੋਕ ਜ਼ਿਆਦਾ ਸੀ, ਥੋੜ੍ਹੇ ਜਿਹੇ ਦਿਨ ਦੇ ਹੋਏ ਤਾਂ ਉਦੋਂ ਫਿਰ ਲੱਗਿਆ ਪਤਾ ਵੀ ਪਾਕਿਸਤਾਨ ਬਣਨਾ, ਤੁਹਾਨੂੰ ਉੱਥੇ ਜਾਣਾ ਪੈਣਾ ਥੋੜ੍ਹੇ ਦਿਨਾਂ 'ਤੇ। ਪਹਿਲਾਂ ਨਹੀਂ ਸੀ, ਪਹਿਲਾਂ ਅਸੀਂ ਉਹਨਾਂ ਨਾਲ ਆਪਣਾ ਮਾਲ ਚਾਰਨਾ ਸਾਰਾ ਕੁਝ ਕਰਾਉਂਦੇ ਸੀਗੇ, ਉਹਨਾਂ ਨਾਲ ਕੋਈ ਗੱਲਬਾਤ ਨਹੀਂ ਸੀ। ਫਿਰ ਉਹ ਜਿਸ ਵੇਲੇ ਇਹ ਗੱਲ ਹੋਈ ਹੈ ਤਾਂ ਫਿਰ ਉਹ ਵਿੜ ਗਿਆ, ਜਿਸ ਵਿੜੇ ਤਾਂ ਫਿਰ ਅਸੀਂ ਤਾਂ ਹੁਣ ਨਿਆਣੇ ਨਿਆਣੇ ਸੀਗੇ ਪਿੰਡ, ਬੁੜੇ ਤਾਂ ਸਾਡੇ ਅੱਗੇ ਚਲੇ ਗਏ ਕੋਠੇ, ਤਾਂ ਉਹਦੇ ਬਾਅਦ ਇੱਕ ਸਾਡਾ ਤਾਇਆ ਸੀਗਾ ਕਾਲੂ ਖਾਂ। ਨਹੀਂ ਉਸ ਜਿਵੇਂ ਇਹ ਕਹਿੰਦੇ ਨਾ, ਉਸ ਲੋਕ ਸੋਚਦੇ ਸੀਗੇ ਕਿ ਬਈ ਵਾਪਸ ਮੁੜ ਜਾਣਾ, ਇਹ ਤਾਂ 4 ਦਿਨਾਂ ਦਾ ਰੌਲਾ ਪਿਆ ਵਾ, ਤੇ ਇਹ ਐਵੇਂ ਗੱਲਾਂ ਕਦੇ ਕਰਦੇ ਹੀ ਰਹਿੰਦੇ ਸੀਗੇ ਬੰਦੇ ਆਪਣੇ। ਫਿਰ 2 ਦਿਨ ਰੌਲਾ ਰੂਲਾ ਪੈ ਕੇ ਹਟ ਜੂਗਾ, ਨਹੀਂ ਹਟਿਆ ਨਹੀਂ, ਫਿਰ ਇਹ ਕਿੱਸਾ ਕਹਾਣੀ ਹੋ ਹੀ ਗਿਆ। ਫਿਰ ਉਸ ਨੂੰ ਜਿਸ ਵੇਲੇ ਥੋੜ੍ਹੇ ਦਿਨ ਅਸੀਂ ਉੱਥੋਂ ਜਿਸ ਵੇਲੇ ਸਾਨੂੰ ਦੁਬਾਰੇ ਮਿਲਟਰੀ ਲੈ ਕੇ ਗਈ ਆ, ਅਸੀਂ ਵੀ ਅਟਕੇ ਨਹੀਂ, ਅਸੀਂ ਆ ਗਏ ਨਾ ਸੋਫੀ ਪਿੰਡ, ਉੱਥੋਂ ਗੜੇ ਆ ਗਿਆ, ਗੜੇ ਤੋਂ ਉੱਥੋਂ ਅਗਲੇ ਦਿਨ ਛਾਉਣੀਆਂ ਤੋਂ ਕਾਫਲਾ ਚੱਲ ਪਿਆ। ਫਿਰ ਚੱਲ ਜਾਂ ਫਿਰ ਜਿਵੇਂ ਕਹਿੰਦੇ ਸੀ ਵੀ ਰਾਜ ਬਦਲਦਾ ਹੁੰਦਾ, ਆਵਾਮ ਨਹੀਂ ਬਦਲ ਦਿੰਦੀ, ਲੋਕ ਜ਼ਿੱਦ ਕਰਕੇ ਬੈਠੇ ਰਹਿੰਦੇ, ਪਿੰਡ ਛੱਡਦੇ ਨਹੀਂ ਹੈਗੇ, ਹੈਂ ਤੁਹਾਡੇ ਬਜ਼ੁਰਗਾਂ ਨੇ ਪਿੰਡ ਛੱਡਣ ਤੋਂ ਇਨਕਾਰ ਨਹੀਂ ਕੀਤਾ? ਨਹੀਂ ਉਹ ਮਿਲਟਰੀ ਵਾਲਿਆਂ ਨੇ ਦੱਸ ਦਿੱਤਾ ਸੀ ਨਾ। ਮਿਲਟਰੀ ਕਿਹੜੀ ਸੀਗੀ? ਮਿਲਟਰੀ ਮੁਸਲਮਾਨ ਸੀ ਨਾ, ਮਿਲਟਰੀ ਦੀ ਸਾਡੇ ਜਿਹੜੇ ਆਏ ਸੀ ਪਹਿਲਾਂ, ਉਹਨਾਂ ਨੇ ਦੱਸਿਆ ਸੀ ਵੀ ਇਹ ਤੁਹਾਨੂੰ ਮਾਰ ਦੇਣਾ ਇਹਨਾਂ ਨੇ, ਡੋਗਰਿਆਂ ਨੇ, ਜਿਹੜੇ ਹਿੰਦੂ ਡੋਗਰੇ ਮਿਲਟਰੀ ਆਉਣੀ ਨਾ, ਉਹਨੇ ਤੁਹਾਨੂੰ ਮਾਰ ਦੇਣਾ, ਤੁਸੀਂ ਇੱਥੇ ਨਹੀਂ ਰਹਿ ਸਕਦੇ, ਤੁਸੀਂ ਚਲੇ ਜਾਣਾ। ਅਸੀਂ ਫਿਰ ਉੱਥੇ ਨਹੀਂ ਅਟਕੇ, ਅਸੀਂ ਵੀ ਆ ਗਏ। ਅਤੇ ਉਹ ਜਿਹੜੀ ਟ੍ਰੇਨ ਜਿਹੜੀ ਉਹਨਾਂ ਨੇ ਵੱਢੀ ਸੀ, ਉਹਦੇ ਨਾਲ ਕੋਈ ਹਿਫਾਜ਼ਤ ਲਈ ਫੌਜ ਨਹੀਂ ਸੀਗੀ? ਬਹੁਤ ਸਾਰਾ ਉਹ ਤਾਂ ਬਹੁਤ ਨੁਕਸਾਨ ਉਹਨਾਂ ਨੇ ਕੀਤਾ, ਬੜੀ ਗੱਡੀ ਸੀਗੀ ਨਾ, ਤਾਂ ਘੁੱਗੀਆਂ ਵਾਂਗ ਮਾਰ ਮਾਰ ਕੇ ਦੁਨੀਆ ਸੜਤੀ, ਰਾਤ ਨੂੰ ਬੈਟਰੀ ਦੀ ਗੋਲੀ ਚੱਲੀ ਦੀ ਸਾਈ ਰਾਤ, ਜੋ ਲੰਬੀ ਵੀ ਬੜੀ ਸੀ ਗੱਡੀ, ਉਹ ਸੰਗਲ ਤੋਂ ਤੁਰ ਕੇ ਉਹ ਸੰਗਲ ਤੋਂ ਇੱਦਾਂ। ਨਹੀਂ ਮਕਸਦ ਤੁਹਾਡੇ ਨਾਲ ਪਾਕਿਸਤਾਨ ਦੀ ਫੌਜ ਕੋਈ ਨਹੀਂ ਸੀਗੀ ਹਿਫਾਜ਼ਤ ਲਈ? ਪਾਕਿਸਤਾਨ ਦਾ ਇੱਕ ਸੀਗਾ ਬਲੋਚ ਰੈਜੀਮੈਂਟ ਦਾ, 100 ਆਦਮੀ ਬਸ, ਹੋਰ ਕੋਈ ਨਹੀਂ, ਸਭ ਬਾਹਰ ਕੱਢਦੀ ਸੀ ਇਹਨਾਂ ਨੂੰ ਪਹਿਲੇ। ਇੱਕ ਰੈਜੀਮੈਂਟ ਦਾ 100 ਆਦਮੀ ਸੀ, ਸਰਬਿਆ ਜਲੰਧਰ ਸੀਗਾ, ਉਹ ਨੱਠ ਭੱਜ ਕਰਕੇ ਲੈ ਆਇਆ। ਅੱਛਾ ਇਹ ਦੱਸੋ ਵੀ ਤੁਹਾਡੇ ਟ੍ਰੇਨ ਤੁਹਾਡੇ ਨਾਲ ਇਹ ਵਾਕਿਆ ਹੋਇਆ ਸੀ ਜਾਂ ਉਸ ਤੋਂ ਪਹਿਲਾਂ ਜਾਂ ਬਾਅਦ 'ਚ, ਜਿਹੜੇ ਉਹ ਉਹਨਾਂ ਨੇ ਰਸਤੇ 'ਚ ਰੱਸਾ ਲਾਇਆ ਸੀਗਾ,
ਰੱਸਾ ਬਣਿਆ ਸੀਗਾ ਦਰਖਤਾਂ ਦੇ ਦਰਮਿਆਨ, ਜਦੋਂ ਥੱਲੋਂ ਪਟੜੀ ਗੁਜ਼ਰੀ ਸੀਗੀ ਤੇ ਉਹ ਰੱਸੇ ਤੋਂ ਜਿਹੜਾ ਬੰਦੇ ਉੱਤੇ ਬੈਠੇ ਸੀਗੇ ਉਹ ਡਿੱਗ ਗਏ ਸੀਗੇ, ਤਲਾਸ਼ੀਆਂ ਵੀ ਲੈਂਦੇ ਸੀ? ਨਹੀਂ ਨਹੀਂ, ਰੱਸਾ ਰੁੱਸਾ ਕੋਈ ਨਹੀਂ ਲਿਆ। ਅੱਛਾ, ਤਲਾਸ਼ੀਆਂ ਲੈ ਲੈਂਦੇ ਗੱਲੇ ਗੱਲੇ ਗੱਡੇ ਦੀਆਂ ਬਰਸ਼ਾਂ? ਹਾਂ, ਗੱਡੀ 'ਚ ਅਸੀਂ ਬੈਠੇ ਹਾਂ, ਗੱਡੀ 'ਚ ਉੱਤੇ ਨਾ ਨਾ ਰੱਸਾ ਨਾ ਰੁੱਸਾ ਕੁਛ ਨਹੀਂ ਸੀ, ਤੇ ਉਹ ਨਾ ਡੱਬੇ ਕੋਈ ਛਕੜਾ ਸੀ ਤਾਂ ਕੋਈ ਮਾਲ ਦਾ ਗੱਡਾ ਡੱਬਾ ਸੀਗਾ, ਕੋਈ ਜਿੱਦਾਂ ਜਿੱਦਾਂ ਲੱਭੇ ਤਾਂ ਉੱਦਾਂ ਲਾਈ ਗਿਆ, ਦੂਰ ਤਾਂ ਗੱਡੀ ਸੀ ਸੰਗਲਾਂ ਤੋਂ, ਸੰਗਲਾਂ 'ਤੇ ਗੱਡੇ ਦੋ ਇੰਜਣ ਲੱਗੇ ਸੀਗੇ। ਉਹਦੇ ਬਾਅਦ ਜਿਸ ਵੇਲੇ ਇੱਥੇ ਆਇਆ ਤਾਂ ਫਿਰ ਇਹਨਾਂ ਨੇ ਜਿਸਾਂ ਅੱਗੇ ਚੱਲੀ ਹੈਗੀ ਇੱਥੋਂ ਮਾਨਾਵਾਲ ਸਟੇਸ਼ਨ ਤੋਂ, ਅੰਮ੍ਰਿਤਸਰ ਤੋਂ ਅੱਗੇ ਮਾਨਾਵਾਲ ਸਟੇਸ਼ਨ ਆਉਂਦਾ, ਉੱਥੇ ਜਿਸ ਵੇਲੇ ਚੱਲੀ ਹੈਗਾ ਹਾਂ 36 ਦਿਨ ਸਾਨੂੰ ਅਸੀਂ ਦੋ ਬੁਰਕੀਆਂ ਟੋਕਰੀਆਂ ਲੱਭੀਆਂ, ਤਾਂ ਉਹਦੇ ਬਾਅਦ ਵੀ ਮੰਗ ਮੰਗ ਕੇ ਅਸੀਂ ਆਟਾ ਲਿਆ ਕਿਸੇ ਤੋਂ। ਉਹਦੇ ਬਾਅਦ ਫਿਰ ਜਿਸ ਵੇਲੇ ਇਹ ਗੱਲ ਹੋਈ ਤਾਂ ਉਹਦੇ ਬਾਅਦ ਨੇ ਗੱਡੀ ਫਿਰ ਜਿਸ ਵੇਲੇ ਚੱਲੀ ਆ ਤਾਂ ਜੀ ਫਿਰ ਕੋਈ ਨਹੀਂ ਤਕਲੀਫ ਹੋਈ ਤਾਂ ਕਿੱਸਾ ਖਾਣੀ ਫਿਰ ਹੌਲੀ 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 ਆਏ, ਤਾਂ ਉਹਦੇ ਬਾਅਦ ਨਾਲ ਜਿਹੜੀਆਂ ਮਰ ਗਈਆਂ ਅੰਮ੍ਰਿਤਸਰੀ ਮਰ ਗਈਆਂ, ਵਿਆਸਾ 'ਤੇ ਮਾਰ ਅਤੇ ਮਾਰ 'ਤੇ ਬਸ ਫਿਰ ਓਕੇ ਜਾਂ ਸਾਨੂੰ ਸਾਰੀ ਪਿਆ ਨਹੀਂ। ਵਿਆਸੇ 'ਤੇ ਕਿਹਨੇ ਮਾਰਿਆ? ਮਿਲਟਰੀ ਬਾਰਿਸ਼ ਪਈ ਆ ਜਿਸ ਵੇਲੇ ਅਸੀਂ ਲਾਹੌਰ ਆ ਗਏ ਆ, ਉਹ ਪਿੱਛੇ ਜਿਹੜਾ ਕੈਂਪ ਸੀ ਨਾ ਉਹ ਪਿੱਛੇ ਖਲਚੀਆਂ ਸੀਗੀਆਂ ਉਹ ਉੱਥੇ ਰਹਿ ਗਿਆ, ਤੇ ਜਿਹੜੀ ਗੱਡੀ ਸੀ ਆ ਗਈ ਲਾਹੌਰ, ਲਾਹੌਰ ਆ ਗਈ ਆ ਜਿਸ ਵੇਲੇ, ਤਾਂ ਫਿਰ ਜਿਸ ਵੇਲੇ ਮਾਨਾਵਾਲ ਸਟੇਸ਼ਨ ਤੋਂ ਚੱਲੀ ਆ ਉਹ ਤਾਂ ਫਿਰ ਆਸਤੇ ਆਸਤੇ ਉਹ ਜਿਹੜਾ ਸੀ ਡਰਾਈਵਰ ਤੋਂ ਮਾਰਤਾ ਉਹਨਾਂ ਨੇ ਥੋੜ੍ਹੇ ਜਿਹਾ ਅੱਗੇ ਚੱਲ ਕੇ ਮਾਨਾਵਾਲ ਸਟੇਸ਼ਨ ਤੋਂ, ਮਿਲਟਰੀ ਵਾਲੇ ਨਾਂ ਸੀ ਨਾ ਮੁਸਲਮਾਨ 10 ਮੁਸਲਮਾਨ ਸੀਗੇ ਉਸ ਗੱਡੀ ਨਾਲ ਜਿਹੜੀ ਪਿੱਛੋਂ ਗੱਡੀ ਆਈ ਸੀ ਉਹਦੇ ਨਾਲ, ਅੱਛਾ ਸਾਨੂੰ ਫਿਰ ਉਹ ਲਿਆਏ ਆ, ਅਤੇ ਨਹੀਂ ਤਾਂ ਸਾਡੇ ਨਾਲ ਡੱਬਾ ਉਹਨਾਂ ਦਾ ਸੀਗਾ ਅਤੇ ਡੋਗਰਿਆਂ ਦਾ ਹੀ। ਉਹਦੇ ਬਾਅਦ ਫਿਰ ਜਿਸ ਵੇਲੇ ਇੱਥੇ ਆ ਗਿਆ ਤਾਂ ਕੋਈ ਨਹੀਂ, ਹੁਣ ਨਾਜ਼ਮੇਰੇ ਮਾਰਦੇ ਖੈਰ ਉਹਨਾਂ ਨੇ ਇਹ ਜਿਹੜਾ ਸੀ ਡਰਾਈਵਰ ਮਾਰਤਾ, ਆ ਜਿਹੜਾ ਟਰੈਫਿਕ ਵਾਲਾ ਇੰਜਣ ਤੋਂ ਉਹ ਕਾਲਾ ਇੰਜਣ ਹੁੰਦਾ ਸੀ ਉਹਦਾ ਲੀਵਰ ਚੱਕਿਆ ਚੱਲ ਪੈਂਦੀ ਸੀ ਗੱਡੀ ਉੱਥੇ ਕਿਹੜਾ ਦੇਖ ਲਵਾਂਗੇ। ਡਰਾਈਵਰ ਕਿਹਨੇ ਮਾਰਿਆ ਸੀਗਾ? ਮਿਲਟਰੀ ਵਾਲਿਆਂ ਨੇ, ਪਾਕਿਸਤਾਨੀ ਮਿਲਟਰੀ ਨੇ, ਉਹਨਾਂ ਨੇ ਸਿੱਖ ਸੀ ਨਾ ਉਹ ਮਾਰਤਾ ਉਹਨੇ ਗੱਡੀ ਆਪੇ ਲੈ ਕੇ ਆ ਗਿਆ। ਨਹੀਂ ਉਹ ਕਿਉਂ ਮਾਰਿਆ, ਉਹਨੂੰ ਕਿਉਂ ਮਾਰਿਆ ਸੀਗਾ? ਉਹਨੂੰ ਡਰਾਈਵਰ ਨੂੰ ਕਿਉਂ ਮਾਰਿਆ ਸੀਗਾ? ਡਰਾਈਵਰ ਨੂੰ ਮਾਰਿਆ ਉਹਦੇ ਬਾਅਦ ਨਾ ਜੀ ਖਤਰਾ ਜੀ ਸੀ ਉਹਦੇ 'ਤੇ, ਉਹਨੂੰ ਮਾਰ ਕੇ ਬਾਹਰ ਮਾਰਿਆ ਚੱਕ ਕੇ, ਉਹਦੇ ਬਾਅਦ ਨਾ ਜੀ ਫਿਰ ਆਪ ਹੀ ਉਹ ਗੱਡੀ ਲੈ ਕੇ ਆਇਆ। ਜਿਹੜਾ ਫੋਰਮੈਨ ਸੀਗਾ ਉਹ ਮੁਸਲਮਾਨ ਸੀਗਾ ਉਹ ਵੀ ਨਾਲ ਸੀ ਆ, ਤਾਂ ਉਹਨੂੰ ਵੀ ਪਤਾ ਸੀ ਗੱਡੀ ਦਾ ਥੋੜ੍ਹੀ ਬਹੁਤ, ਬਾਕੀ ਉਹ ਲੈ ਕੇ ਚਾਹ ਇਹ ਗੱਡੀ ਆ ਗਈ ਇੱਥੇ। ਜਿਸ ਵੇਲੇ ਆਈ ਗੱਡੀ ਭਗਵਾਨ ਪੇੜੇ ਪਿੱਛੇ, ਉੱਥੇ ਪਿੱਛੇ ਡੱਕਦੀ ਉਹਨੇ ਕਿ ਵੀ ਇਹ ਜਾਊਗੀ ਸਾਹਿਵਾਲ ਸਿੱਧੀ, ਅਤੇ ਇਹ ਫਿਰ ਲੈ ਨਹੀਂ ਦਿੱਤਾ ਉਹਨੇ ਬੰਦਾ ਕੋਈ ਵੀ। ਅਸੀਂ ਜਿਹੜੇ ਸੀ ਦੋ ਅਸੀਂ ਉੱਤਰ ਕੇ ਤੁਰੇ ਲੈਂਦੇ ਪੈ ਗਏ, ਇਹ ਸਟੇਸ਼ਨ 'ਤੇ ਚਾਹ ਕੇ ਚਾਹ ਚੂਹ ਪੀਤੀ, ਚਾਹ ਚੂਹ ਪੀ ਕੇ ਤਾਂ ਜੀ ਫਿਰ ਦਿਨ ਚੜ੍ਹ ਗਿਆ, ਦਿਨ ਚੜ੍ਹੇ ਤਾਂ ਫਿਰ ਅਸੀਂ ਟੋਲਣ ਲੱਗੇ ਆਸਟ੍ਰੇਲੀਆ ਬਿਲਡਿੰਗ 'ਚ ਆਏ, ਆਸਟ੍ਰੇਲੀਆ ਬਿਲਡਿੰਗ 'ਚ ਜਾ ਕੇ ਟੋਲੇ ਤਾਂ ਫਿਰ ਲੱਭ ਗਿਆ ਕੁਝ ਇੱਥੇ, ਮੁੜ ਕੇ ਫਿਰ ਅਸੀਂ ਮਹੀਨਾ ਰਹੇ ਉੱਥੇ ਆਸਟ੍ਰੇਲੀਆ ਬਿਲਡਿੰਗ। ਟਰੱਕ ਭੇਜੇ ਸੀ ਤੁਹਾਨੂੰ ਲਿਜਾਣ ਲਈ? ਲੈਣ ਸਾਹਿਬ ਨੇ, ਹਾਜੀ ਸਾਹਿਬ ਨੇ ਟਰੱਕ ਵੀ ਭੇਜੇ ਸੀ ਨਾ ਹਿੰਦਰਸਾਨ ਦੇ ਬੰਦੇ ਲਿਆ ਢਾਬ ਢੋਵੇ ਇੱਧਰ ਬੁੜੇ ਬੁੜੇ ਬੰਦੇ। ਹਾਜੀ ਰਹਿਮਤ ਖਾਨ ਨੇ ਟਰੱਕ ਨਹੀਂ ਭੇਜਿਆ ਕਿ ਹਿੰਦਰਸਾਨ ਦੇ ਜਲੰਧਰ? ਟਰੱਕ ਭੇਜੇ ਸੀਗੇ 6, ਜਿਸ ਵੇਲੇ ਟਰੱਕ ਭੇਜੇ ਸੀਗੇ ਤਾਂ ਸਾਡੇ ਕੋਲ ਇੱਕ ਉਹ ਵੀ ਨਹੀਂ ਸਾਨੂੰ, ਅਸੀਂ ਮੈਂ ਤਾਂ ਮੇਰਾ ਭਰਾ ਜਿਹੜਾ ਡੈਡੀ ਇਹਦਾ ਜਿਹਦਾ 1 ਵੱਜਿਆ ਸੀ ਸੀਗੀ ਬਾਹਰ ਗਏ ਉਹਨੇ ਵਿੱਚ ਕੇ ਫੌਜੀ, ਅਸੀਂ ਦੋਵੇਂ ਉੱਥੇ ਚਲੇ ਗਏ, ਉਹ ਬਾਕੀ ਕੁੜੀਆਂ ਨਿਆਣੇ ਨਿੱਕੇ ਜਿੰਨੇ ਵੀ ਸੀਗੇ ਤਾਂ ਉਹ ਹੋਰ ਬਾਹਰ ਗਏ ਵਿੱਚ ਨਾਲ ਹੀ, ਅਤੇ ਉੱਥੋਂ ਜੀ ਜਿਸ ਵਿੱਚ ਬਾਰਿਸ਼ ਪੈ ਰਹੀ ਸੀ ਅਸੀਂ ਉਹ ਖਬਰਾਂ ਸੁਣਨ ਲੱਗ ਪਏ ਜਾ ਕੇ, ਖਬਰਾਂ ਸੁਣਨ ਲੱਗ ਪਏ ਜਿਸ ਵੇਲੇ ਤਾਂ ਜੀ ਉਹ ਗਿਆ ਕਪਤਾਨ ਜਿਸ ਵੇਲੇ ਲੈ ਕੇ, ਤਾਂ ਉਹਦਾ ਅੱਗੇ ਮੁੰਡਾ ਸੀ ਮੋਠਾਂ ਵਾਲੇ ਉਹਨੇ ਜਾਣਾ ਸੀਗਾ ਅੱਗੇ, ਮੁੰਡਾ ਮੁੰਡੇ ਤੁਰਿਆ ਉਹਨਾਂ ਸੜਕ ਪਿਆ ਅਤੇ ਉਹਦੀਆਂ ਭੈਣਾਂ ਭੂਣਾਂ ਤੋਂ ਉੱਥੇ ਛੱਡਿਆ ਉਹਨਾਂ ਦੇ ਮਾਮਿਆਂ ਦੇ, ਉੱਥੋਂ ਜੀ ਉਹਨੂੰ ਮੁੰਡਾ ਲੈ ਕੇ ਮੁੰਡੇ ਤੋਂ ਲੱਭ ਗਿਆ, ਜਿਸ ਵੇਲੇ ਲੱਭ ਗਿਆ ਤਾਂ ਜੀ ਉਹਨੂੰ ਉੱਥੋਂ ਗਾਹਾਂ ਗੱਡੀ ਨਹੀਂ ਲਿਆ, ਉੱਥੋਂ ਮੋੜ ਕੇ ਲਿਆ ਕੇ ਨਿਆਣੇ ਉਹਨੇ ਸਾਡੇ ਪਾ ਕੇ ਤਾਂ ਜੀ ਉਹ ਤੋਂ ਬਾਅਦ ਜੀ ਉਹਦੇ ਵਾਪਸ ਆ ਗਿਆ। ਜਿਸ ਵੇਲੇ ਸਾਨੂੰ ਪਤਾ ਲੱਗਿਆ 10 ਮਿੰਟਾਂ ਬਾਅਦ ਅਸੀਂ ਨੱਠ ਪਏ, ਅਸੀਂ ਮੁੜ ਕੇ ਜੀ ਦੋਵੇਂ ਜਾਣੇ ਮੁੜ ਗੱਡੀ ਨੂੰ ਨੱਠੇ, ਗੱਡੀ 'ਤੇ ਚੜ੍ਹ ਗਿਆ ਸਟੇਸ਼ਨ ਤੋਂ ਆ ਕੇ ਗੱਡੀ ਚੜ੍ਹੇ ਐਵੇਂ। ਅੱਛਾ ਇਹ ਦੱਸੋ ਵੀ ਤੁਹਾਡੀ ਟ੍ਰੇਨ 'ਤੇ ਜਦੋਂ ਹਮਲਾ ਹੋਇਆ ਕੋਈ ਕੁੜੀਆਂ ਛੁੜੀਆਂ ਤਾਂ ਨਹੀਂ ਚੁੱਕੀਆਂ ਉਹਨਾਂ ਨੇ? ਹਾਂਜੀ, ਕੁੜੀਆਂ ਤਾਂ ਨਹੀਂ ਚੁੱਕੀਆਂ? ਨਹੀਂ ਕੋਈ ਨਹੀਂ, ਕੁਛ ਨਹੀਂ, ਬਸ ਗੋਲੀ ਚੱਲਦੀ ਰਾਤ ਇੰਨਾ ਮਾਰ ਸੁੱਟਿਆ ਉੱਦਾਂ ਬੇਹਿਸਾਬ, ਅਤੇ ਲਾਗੇ ਸਾਡੇ ਨਹੀਂ ਗੱਡੀ 'ਤੇ ਨਹੀਂ ਕੋਈ ਬੰਦਾ ਉਹਨਾਂ ਦਾ ਆਇਆ, ਅਤੇ ਉਹਦੇ ਬਾਅਦ ਨਾ ਕੁੜੀ ਨਾ ਮੁੰਡਾ ਕੋਈ ਵੀ, ਜਿਹੜੇ ਮਰ ਗਿਆ ਕੁੜੀ ਮਰ ਗਿਆ, ਮਰ ਗਿਆ ਬੰਦਾ, ਮਰ ਗਿਆ ਮੁੰਡਾ, ਮਰ ਗਿਆ ਕੋਈ ਵੀ ਨਹੀਂ, ਉਹ ਮਾਰ ਕੇ ਡਿੱਗਦੇ ਸੀ
गोली मारिया बेहवाद बनिया सी के उत्ते डब्बे डब्बे भरे पए छत दी छत दे उत्ते नहीं अच्छा ओ लागे नहीं लगे कोई साडे लागे नहीं आया कोई भी ओठे भी ना कुड़ियां ते ना मुंडियां ते कोई नहीं आ गया हमरा की ता पीछे गोली चलाउंदे रहे रात। अच्छा ओसले तुसी की सोचदे सी या तुहाडे बुजुर्ग की कहंदे भी आ एक दूसरे नु कतो गारत होई आ भाई ये शुरू केने कीती सी यानी कतलो गारत बंदियां दे हमले करने केने ने शुरू करया सीगा उन्हां ने कह रिया तारा सिंह सीगा उन्हां दा जेड़ा लीडर सी हां उन्हें की कहा सीगा उन्हें की कहा सीगा उन्होंने कुछ कहा होगा बंदा शादी का कोई पता नहीं भी की कहा की नहीं कहा हां असली हम झूठ बोलिए की फायदा तारा सिंह दा सीगा उहदा नाम सी ओहो ओ जेड़ा इहनां दा लीडर सीगा इहनें ही कम कराया उहदे बाद ना जी नहीं असीं तां कोई इह सुणदे ना भाई कोई मुख्तलिफ भाई कोई कहंदे जी इन्हें शो पाकिस्तान इत्थों मतलब जिहड़ा हाथ पट्टी हैगी टोबा इस पासे दे लोकां ने मुसलमाना ने उन्हां दी सिखां दे नाल अच्छा सलूक नहीं कीता ते फिर जदों इत्थों उजड़ के जिहड़े उत्थे पहुंचे उन्हें जाके उत्थे गल्लां बातां कीतियां इधरों इन्हां ने ना इन्हां दे जिहड़े सी ना उन्हां दीआं बुढ़ियां दे अज पछतावां दे दुद्ध सी उह वी कट लए इह ते करिआ ने पहलां उन्हां ते हमला हमला कीता फिर उत्थे जाके उन्हां ने रौली रप्पी पाई पै तो फिर हाँ इन्ना काम होया तो उस बाद ना जी बल्कि तो मैं तुम दसा भी साढ़े लागे नहीं हल्ले पंच नब्बे आने दिते असी उन्होंने मार छे नब्बे बंदे उन्होंने नब्बे बंदे मारे असी उस बाद ना जी फिर उन्होंने मिलटरी वाले ने कहा भी जिस एक दो जीते फड़े हुए उन्होंने घल दिता भी जाओ जाके मंजे लिया के तह हथ कड़ कर के फिर वह आते तो पा के फिर लाश चक्के ला जाते मंजे के पास तो उत्थे जाके रखे जाते पिछे उतों फिर अपने गड्डिया गुडिया से चक के लै गया जिन्या भी लाशा सी नब्बे जी नब्बे लै गया वो तो तुसी वो दूसरे पिंड जाके मारे से ना हिंदुस्तान दे असी अपने पिंड च मारे ना लुटी करते सी ना दूसरे पिंड असी हाँ दूसरे पिंडों आए हैं मिलटरी के नाल उन्हें मिलटरी लैके आ गए ना सवेर न रात असी दूसरे पिंड कटी ना दादू वाल सवेर न सू लैके फिर पिंड आ गया जो पिंड आ गया तो साढ़े दादूवाल ते हमला होना असीं उत्थे जा रहे हां इह फिर बुजुर्ग साडा सारा पिंड उत्थे चले गया सी फिर जिन्ने दिन उत्थे ठहरे आ ठहरने दे बाद फिर उन्हें कहा जी हुण तुसीं जलान जलंधर नूं तुसीं दुबारा अपने पिंड जावो जाके अपना माल पशु जिहड़ी भी चीज़ लैनी हुण लै लो तो जिसल दोबारा पिंड का साढ़ा जोड़ा पिंड से एक किला सगा किले उत्ते से किला से पूरा बनाया तो इस तरह जिता वो हेठा जिता शोरकोट जो बड़े किले किले बड़े वो आके फिर जो आए तंग गलिया से उत्थे दियाँ फिर इन्होंने सिखा इन्हें तो पता नहीं सिखाता जिसल ये आया पिंड देखा सिख कोई घे खा रहा कुछ पैसे लुट रहा कुछ लुट रहा इन्होंने को असला उसला लैके गए गए उन्हें दस असला फिर इन्हें जाके उन्होंने जाके हमला किए वो फिर नब्बे आदमी मारे मेरे ख्याल इन्हें सिख मारे से सा तो फिर इन्हों का इस करके सिखा बेचारे मैंने उन्होंने आराम ना सुकून नाल बैठे थे कि फिर इन्हें जाके अपने बौद्ध भी छड़े हुए तच्चे जो आए थे पाकिस्तान पहले उत्थे इन्होंने अपने पशुओं के सारे रस्से छड़ते रस्से छड़ते हर पशु जिसने दोबारा गए पंजा सत्तर दिन बाद जब दोबारा गए है तो पशुओं के अखा चो पानी आते थे इन्होंने मालकान देख के उन्होंने लक बिच बढ़ गया उन्होंने कोई खाधा पीता नहीं है पस पट्ठे आम खुले जानवर से लेकिन पसे पट्ठे नहीं सिखा रहे थे जेरे मालकान देखिया फिर इन्हें दोबारा अपने गड्ढे जोड़े आ पहले सिख मारे नब्बे सिख सिख मारने के बाद फिर सिख किसी ने हठ भज नहीं सकते तंग गलिया से पता नहीं सके जिदा साढ़े शोरकोट पुराना ज कमालिया पुराना शहर उन्होंने नहीं इस चीज़ का पता फिर मारने के बाद फिर इन्हें अपने गड्ढिया के उत्ते समान सारा लद्या वा इन्होंने पता दस घर दसा माइया ने कि इस वे साडा सोना जरा फला जगह रखे अपन चीज़ा रख लिया इन्हें फिर अपने गड्ढे जोड़े उदा ही फिर उ पशु दो इन्हें जोड़े फिर नाल ही जो बच्चे भी नाल ही आ गए उन्हें अखा च पानी आते इन्ने दिन बिल्कुल भुखे रहे बेचारे तो फिर जिसने फिर रास्ते फिर आए आ फिर दोबारा फिर उन्हें जो मुसलमान मिलिटरी सी उन्हें कहा जी हूँ गोरखे मठे आ जाने थोड़े उत्ते उन्हें थोड़ा मारना वा लै जा तुम हूँ इतों साढ़े ना पहला चल पवो पाकिस्तान जरा बनना थोड़ा फिर इन्हें हाँ जी मिलटरी हाँ मिलटरी वाले दसता ना कि थोड़े गोरखा मिलटरी आ जानी मुसलमान बराए नाम से मुसलमान उसले गोरखा मिलटरी मिलटरी सी सारी फिर ये उत्थे बेचारे चले आ इन्हें फिर गद्दियां दे गुत्ते अपना समान लदे उदे गड्डे उदे हर शायद तो फिर लद के फिर सफर शुरू किया वापसी का तो फिर इन्हों का जरा ये बजुर्ग जोड़े थे ये सारे चाचा एक साजी साधक से फिर उद्दे पेड़ उद्दे उत्ते अपने बैठे छत के उत्ते
ट्रेन की छत उत्ते सी बिच नहीं सी उत्ते सके जलों तो छत दे गोलियां चलदियां सी इधर छां छां हो रही सी इन्हां सानू सारी सारी दसी आ ये फिर कई कई कहते कहने जैसे लुकना जी कि जाती इन्हें कहा जैसे गोली लगनी तो उदा भी लग जाए लुकना कि छत के उत्तर डिग भी सकता साइड से बंदा छत दे उतनी छत उत्ते सके कुलाई के उत्ते एक तो ना कमरे डब्बे बिच भी नहीं सके तो फिर इन्हें कहा जो आई हो तो आई जानी हैगी दो पड़ा सी दो बच गए सी अगे तुसी नाल हां जी अच्छा दो भाई सी तुसी बिस्तरा मेरे लागे ला रहे हो कहना भी नहीं जो मरना तो पैदे मर जाने को लग जानी है और दो कारजियां आदियां सी गोलियां मैं फिर सरकार बच गया अल्लाह ने बचा चेला पांच तन इतने आप भुगने सी अच्छा ये दसो कि भी तुहानूं उत्थे तुहाडी जिंदगी अच्छी गुजरी है या जदों पासा बड़े इत्थे जिंदगी अच्छी गुजर रही है जिंदगी हाँ उत्थे चंगी गुजरती सीगी या इत्थे चंगी सीगी देखो जी असीं जिहड़े सी ना उदों जवानी जिहड़ी सी 20 साल साढ़े उत्थे लंघे मैं ते मेरे फूफी दे पुत्त मोहल साढ़े जरां च बहुत पई सी ते अस बाकी जिहड़ा सी ना जी होर कोई ऐसा वैसा कोई तंगी तुंगी नहीं सी सानूं ते बस ठीक ठाक सीगे जिहड़ा उहना आ जिहड़ा इत्थे आ के आ ते इत्थे भी सानूं कोई नहीं कमी रही अल्लाह ने बड़ा कुछ दित्ता रिहा ते दिन लंघदे आ सोहणे सोहणे अच्छा तुहानूं कदी अपना पिंड याद आया याद ते रोज़ ही आउंदा की याद आउंदा पिंड दा याद हुण दो मिंट पासे साडी जिहड़ी बजुर्ग सी उहनां दे नाल उहनां ने साडे नाल जिहड़ी नेकी कीती उहनें जिहड़ा पीला दादा उत्थे दफनाया सी उह हुण अज पहले मैं अपने ताए नूं कहणा ताए ने मेरे बसे करने उन्हें कहना भी 7272 निकलने मुड़ दे क्या मत आए दिन एक कबर के बच्चों अस ताया भी कले कले दब के आई रहे तो वो तो मरबा दो मरबे जमीन थी कब्रस्तान की कले कले दब के आई रहे रात में तुर रहे देखे आके तो भी इतने जिस वे बैंटल कैंप से आए हैं तो उस वेले 70,000 निकले कबर लखा के हिसाब ना निकल क्यों अगले दुगले सड़के बच्चे कुड़िया मुंडे ना किसी जनाजा ना लैन लें ਸਾਲ ਹੋ ਗਏ ਪਿੰਡ ਦੇ ਖੂਹ ਸੀ ਉੱਥੇ ਦਰਬਾਰ ਬਣਾਇਆ ਸੀ ਬਾਬਿਆਂ ਦਾ ਜਿਹੜੇ ਦੂਏ ਸੀ ਸੱਜੇ ਦੇ ਸੀਗੇ ਕਬਰਸਤਾਨ ਦੇ ਵਿੱਚ ਸੀਗੇ ਬਾਬਾ ਮੀਆਂ ਨੂਰ ਸ਼ਾਹ ਜੀ ਦੇ ਮਗਰ ਜਿਸ ਵੇਲੇ ਅੰਗਰੇਜ਼ ਆਇਆ ਤਾਂ ਉਹਨਾਂ ਨੇ ਇਹਨਾਂ ਨੇ ਲਿਆ ਕੇ ਤਾਂ ਬੰਡਲ ਲਾ ਦਿੱਤੀ ਤਾਰਾਂ ਦੀ ਕੰਡੀਆਂ ਤਾਰਾਂ ਅਤੇ ਉਹਨਾਂ ਨੇ ਕਿਹਾ ਵੀ ਰੋਟੀ ਬਾਜੀ ਬੱਕਰੇ ਬੱਕਰੇ ਕਰਕੇ ਤਾਂ ਜੀ ਉਹਦੇ ਬਾਅਦ ਨਾ ਜੀ ਧੂੰਆਂ ਵਜਾ ਦਿੰਦੇ ਸੀ ਉਹਨਾਂ ਨੇ ਸਾਦਰਾ ਜਿੰਨੇ ਪਾਣੀ ਪੀ ਲਓ ਜਿੰਨੇ ਪਖੀਰ ਸੀਗੇ ਸਾਰੇ ਉਹਨਾਂ ਨੇ ਉਹਦੇ ਬਾਅਦ ਨਾ ਜਿਸ ਵੇਲੇ ਉਹਨਾਂ ਨੂੰ ਧੂੰਆਂ ਨਾ ਵਜਾ ਸਕੇ ਉਹਨਾਂ 'ਚ ਤਾਕਤ ਹੈ ਨਹੀਂ ਸੀ ਇਹ ਤਾਂ ਬਾਬੇ ਜਿਹੜੇ ਸੀ ਇਹਨਾਂ ਨੇ ਫਿਰ ਇੱਕ ਬੱਚਾ ਸੀ ਇਹਨਾਂ ਦੇ ਕੋਲ ਉਹਨਾਂ ਨੇ ਖੂੰਡੀ ਦੇ ਕੇ ਘਰ ਦਾ ਫਿਰ ਜਾ ਧੂੰਆਂ ਵਜਾ ਧੂੰਆਂ ਵਜਾਉਣ ਚਲ ਗਿਆ ਉਹ ਅੰਜੇ ਛਾਲ ਮਾਰ ਕੇ ਫਿਰ ਡੁੱਬੜਾ ਵਜਿਆ ਫਿਰ ਨਿਕਲਿਆ ਬਾਹਰ ਫਿਰ ਛਾਲ ਮਾਰੀ ਫਿਰ ਦੁਨੀਆ ਪੈ ਗਈ ਸਾਰੀ ਧੂੰਆਂ ਵਜਾਇਆ ਉਹ ਤੋਂ ਬਾਅਦ ਫਿਰ ਰੋਟੀ ਫਿਰ ਨਹੀਂ ਉਹਨਾਂ ਨੇ ਛੇੜੇ ਉਹਨਾਂ ਨੇ ਕਿਸੇ ਦੀ ਕਬਰ ਜਾਂ ਕੁਛ ਵੀ ਆ ਜਾਂ ਲੈਣ ਬੰਗ ਲਾ ਤਾ ਉਹਨਾਂ ਨੇ ਦਰਬਾਰ ਨੂੰ ਬਿੰਗ ਨਹੀਂ ਲਾਇਆ ਛੇੜਿਆ ਨਹੀਂ ਸਾਨੂੰ ਇਹ ਬਾਬੇ ਜੁੰਮੇ ਸ਼ਾਹ ਦੀ ਖਾਨਗਾਹ ਵੀ ਸੀ ਤੁਹਾਡੇ ਕੋਲ ਹੈ ਬਾਬੇ ਜੁੰਮੇ ਸ਼ਾਹ ਦੀ ਖਾਨਗਾਹ ਨਹੀਂ ਬਾਬਾ ਜੁੰਮੇ ਸ਼ਾਹ ਦੀ ਪੁਰਾਣੇ ਖੂਹ ਜਿਹੜਾ ਪੁਰਾਣਾ ਖੂਹ ਸੀ ਸਾਡਾ ਡਾਹਾ ਕਿੰਨੀ ਕੁ ਦੂਰ ਸੀ ਹਾਂ ਸੀਗਾ ਉਹਦੇ 3 ਕਿੱਲੇ ਪਹਿਲਾਂ ਸੀ ਕਿੰਨੀ ਕੁ ਦੂਰ ਸੀ ਸਾਡੇ ਤੇ 3 ਕਿੱਲੇ 3 ਕਿੱਲੇ ਆ ਤੇ ਫਿਰ ਕੋਲ ਤਾਂ ਸੀ ਤੁਹਾਡੇ ਬਾਬੇ ਜੁੰਮੇ ਸ਼ਾਹ ਦੀ ਉਹ ਜਿਹੜੀ ਜਿੰਨਾਂ ਨੇ ਬਣਾਈ ਉਹ ਸੀ ਜਿੰਨਾਂ ਨੇ ਬਣਾਈ ਸੀਗੀ ਉਹ ਹਾਂ ਜਿੰਨਾਂ ਨੇ ਉਹ ਸਰਕਾਰ ਕਿਦਾਂ ਬਣਾਈ ਤੋਂ ਕਿਦਾਂ ਦਾ ਸੀ ਬਾਬਾ ਕੀ ਬਣਾਇਆ ਸੀ ਜਿੰਨਾਂ ਨੂੰ ਦਰਬਾਰ ਜਿਹੜੇ ਬਣਾਈ ਸੀਗੀ ਕੌਲੀਆਂ ਲਾਈਆਂ ਪਲੇਟਾਂ ਲਾਈਆਂ ਬਣ ਬਣੀ ਐਸ ਪਲੇਟ ਦੇ ਵਿੱਚ ਉਹ ਹੋਰ ਬੂਟਾ ਉਹ ਚੋਰ ਦੂਆ ਬੂਟਾ ਨਮਾ ਅਤੇ ਉਹਦੇ ਬਾਅਦ ਨਾ ਜੀ ਫਿਰ ਮਾਸ ਜੀ ਚਿਰਕੀ ਸੀ ਹਾਰ ਵੇਲੇ ਉੱਤੇ ਯਾਤਰ ਛੱਡਦੇ ਸੀ ਉਹ ਉਹਨਾਂ ਦਾ ਪੀਸ ਆ ਜੀ ਉਸ ਬਾਅਦ ਖੁਸ਼ਬੂਆਂ ਆਉਂਦੀਆਂ ਸੀ ਬਾਬਾ ਜੁੰਮੇ ਸ਼ਾਹ ਅਤੇ ਬਾਕੀ ਉਹਨਾਂ ਨੇ ਇੱਕ ਰਾਜਪੂਤ ਨੇ ਕਿਹਾ
ਨਾਲ ਦੇ ਪਿੰਡ 'ਚ ਦਰਵੇਸ਼ ਪਿੰਡ ਸੀਗਾ, ਉਹਨੇ ਕਿਹਾ ਬਾਬਾ ਅੱਗੇ ਭੁੱਖੇ ਨੇ ਪਾਣੀ ਕੱਢਦੇ ਸੀਗੇ, ਅਤੇ ਉਹਨੇ ਕਿਹਾ ਵੀ ਤੂੰ ਤਾਂ ਉਹਦੇ ਗਲੀਆਂ ਚਾਰਦਾ ਸੀਗਾ, ਉਹਨੇ ਕਿਹਾ ਤੂੰ ਤਾਂ ਸਾਰਾ ਨਿਕਾਲ ਮਾਰ, ਤੂੰ ਕਿਹਾ ਜਿਨ ਪੀਤਾ ਪੀਤਾ, ਜੇ ਨਹੀਂ ਪੀਤਾ ਚਾਰ ਗਾਂ ਜ਼ਮੀਨ ਪੱਟ ਕੇ ਥੱਲੇ ਲੈ ਗਿਆ, ਉਹਨੂੰ ਬਗਾਊ ਘਾਟ ਕਹਿੰਦੇ ਸੀ, ਇੱਦਾਂ ਰੇਵ ਰੇਵ ਪੱਟ ਕੇ ਲੱਗਿਆ, ਜਿਨ ਰਾਤ ਨੂੰ ਸਾਈ ਰਾਤ ਲੱਗੇ ਰਹੇ ਪੱਟ ਕੇ, ਉਸ ਪਾਣੀ 'ਚ ਇੱਥੇ ਉਹਨਾਂ ਨੇ ਸੜਕ ਬਣਾ ਦਿੱਤੀ, ਉੱਪਰ ਵੀ ਸੜਕ ਬਣਾ ਦਿੱਤੀ, ਗੁੰਮ ਘੁੰਮ ਕੇ ਗਾਈਆਂ ਕਿਸੇ ਕਦੀ ਨਾ ਮਾਰਨ ਦਾ ਵਿੱਚ ਡੁੱਬ ਨਾ ਜਾਣ, ਉਸ ਤੋਂ ਬਾਅਦ ਚਾਰ ਸਵੇਰੇ ਪਾਣੀ ਪੀ ਕੇ ਨਿਕਲੇ ਹੋਣੇ ਬੰਦੇ, ਉਹਨਾਂ ਨੇ ਪੌੜੀਆਂ ਬਣਾ ਦਿੱਤੀਆਂ ਦੂਸਰੇ ਪਾਸੇ, ਬੜਾ ਸਾ ਦਰਵਾਜ਼ਾ ਜਿਹੜੀ ਇੱਠ ਸੀਗੀ ਉਹ ਐਡੀ ਬੜੀ ਬਣਦੀ, ਇੱਦਾਂ ਉਹਦੇ ਬਾਅਦ ਜਿਹੜਾ ਭੋਰਾ ਸੀਗਾ ਉਹਦੇ ਚਾਰ ਕੁ ਪੌੜੀਆਂ ਉੱਤੇ ਨਾ ਮੁੜ ਕੇ ਹੱਡ ਹੜ ਕੇ ਆ ਜਾਣਾ, ਇਹ ਜਿੰਨਾ ਨੇ ਬਣਾਈ ਸਾਰੀ ਦਰਬਾਰ ਵੀ ਬਹੁਤ ਪਿਆਰਾ ਜਿੰਨਾ ਦਾ, ਹਾਂ ਜਿੰਨਾ ਦਾ 12 ਜੜੀ ਫੇਰਿਆਂ ਨੇ ਬਣਾਈ ਸੀ ਬਾਬਾ ਕਰਮ ਬਸ, ਹਾਂ ਬਸ ਬਸ, ਹਾਂਜੀ ਠੀਕ ਠੀਕ ਹੋਰ ਸਾਹਿਬ ਜੀ।